ਸੋ ਦੋਸਤੋ ਕੀ ਹਾਲ ਚਾਲ ਸੱਸ਼ੇ ਕਾਲ ਹੈਲੋ ਨਮਸਤੇ ਸਲਾਮ ਮੈਂ ਤੁਹਾਡਾ ਆਪਣਾ ਪਰਮੇਰਤ ਮਾਨ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਡਰਾਈਵਿੰਗ ਲਾਇਸੈਂਸ ਬਾਰੇ ਕਿਉਂਕਿ ਮੈਂ ਹੁਣੀ ਹੁਣੀ ਆਪਦਾ ਜਿਹੜਾ ਡਰਾਈਵਿੰਗ ਲਾਇਸੈਂਸ ਜੀਵਨ ਹੈ ਜਿਹੜਾ ਉਹ ਬਣਵਾ ਕੇ ਲੈ ਕੇ ਆਇਆ ਉਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਪੂਰੇ ਡਿਟੇਲ ਦੇ ਵਿੱਚ ਦੱਸੂਗਾ ਵੀ ਕਿਹੜੇ ਕਿਹੜੇ ਡਾਕੂਮੈਂਟਸ ਦੀ ਮੈਨੂੰ ਲੋੜ ਪਈ ਕੀ ਕੀ ਉਹਦਾ ਪ੍ਰੋਸੀਜਰ ਸੀ ਸਾਰਾ ਪ੍ਰੋਸੀਜਰ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸੂਗਾ ਤਾਂ ਬਣੇ ਰਹਿਣਾ ਇਸ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਇੱਥੇ ਦੇ ਲਾਇਸੈਂਸ ਬਾਰੇ ਜਿਹੜਾ ਇੱਥੇ ਗੱਡੀਆਂ ਦਾ ਲਾਇਸੈਂਸ ਹੁੰਦਾ ਉਹਨੂੰ ਜੀ ਲਾਇਸੈਂਸ ਕਹਿੰਦੇ ਨੇ ਇਹਦੇ ਵਿੱਚ ਤਿੰਨ ਪਾਰਟ ਹੁੰਦੇ ਨੇ ਸਭ ਤੋਂ ਪਹਿਲਾਂ ਹੁੰਦਾ ਜੀਵਨ ਜਿਹਦੇ ਵਿੱਚ ਕੀ ਥਿਊਰੀਕਲੀ ਟੈਸਟ ਹੁੰਦਾਗਾ ਕੁਐਸਚਨ ਹੁੰਦੇ ਕੁਝ ਉਹਨਾਂ ਦੇ ਆਨਸਰ ਦੇਣੇ ਹੁੰਦੇ ਨੇ ਤਾਂ ਆਪਾਂ ਉਹਨੂੰ ਜਦੋਂ ਪਾਸ ਕਰ ਲੈਂਦੇ ਆਂ ਤਾਂ ਆਪਾਂ ਨੂੰ ਜੀਵਨ ਲਾਇਸੈਂਸ ਦੇ ਦਿੱਤਾ ਜਾਂਦਾ ਹੈ ਨੌਲੇਜ ਟੈਸਟ ਵੀ ਜਿਹੜਾ ਹੈਗਾ ਇਹਨੂੰ ਕਹਿੰਦੇ ਨੇ ਉਸ ਤੋਂ ਬਾਅਦ ਫਿਰ ਆਪਾਂ ਹੈਗਾ ਜਿਹੜਾ ਜੀ 2 ਦੇ ਲਈ ਐਲੀਜੀਬਲ ਹੁੰਨੇ ਆ ਜੀ 2 ਬੇਸਿਕਲੀ ਇੱਕ ਡਰਾਈਵਿੰਗ ਟੈਸਟ ਹੁੰਦਾ ਉਹਦੇ ਵਿੱਚ ਆਪਾਂ ਨੂੰ ਟਰੈਕ ਜਿਹੜਾ ਬਣਾਇਆ ਹੁੰਦਾ ਉੱਥੇ ਗੱਡੀ ਚਲਵਾ ਕੇ ਦੇਖਦੇ ਨੇ ਉਸ ਤੋਂ ਬਾਅਦ ਜਿਹੜਾ ਫਿਰ ਆਪਾਂ ਜੀ ਜਿਹੜਾ ਫਾਈਨਲ ਲਾਇਸੈਂਸ ਹੁੰਦਾ ਉਹਦੇ ਲਈ ਐਲੀਜੀਬਲ ਹੋ ਜਾਂਦੇ ਆ ਔਰ ਉਸ ਜੀ ਲਾਇਸੈਂਸ ਬਣਵਾਉਣ ਵੇਲੇ ਆਪਣਾ ਤਾਂ ਜਿਹੜੀ ਗੱਡੀ ਹੈਗੀ ਆ ਉਹ ਮੇਨ ਹਾਈਵੇ ਤੇ ਚਲਵਾ ਕੇ ਦੇਖੀ ਜਾਂਦੀ ਜਦੋਂ ਆਪਾਂ ਉਹਨੂੰ ਪਾਸ ਕਰ ਲੈਂਦੇ ਆ ਤਾਂ ਆਪਣੇ ਕੋਲੇ ਜਿਹੜਾ ਹੈਗਾ ਪ੍ਰੋਪਰ ਲਾਇਸੈਂਸ ਕੈਨੇਡਾ ਦਾ ਡਰਾਈਵਿੰਗ ਲਾਇਸੈਂਸ ਆ ਜਾਂਦਾ ਜਿਸ ਕਰਕੇ ਆਪਾਂ ਜਿਹੜੀ ਹੈਗਾ ਗੱਡੀ ਹ ਜੇ ਜਿਹੜਾ ਬੀ ਲਾਇਸੈਂਸ ਹੈ ਉਹ ਸਕੂਲ ਵਾਲੀਆਂ ਬੱਸਾਂ ਵਾਸਤੇ ਹੁੰਦਾ ਔਰ ਜਿਹੜਾ ਸੀ ਲਾਇਸੈਂਸ ਹੈ ਉਹ ਜਿਹੜੇ ਯਾਤਰੀਆਂ ਵਾਲੀਆਂ ਪੈਸੇਂਜਰ ਬੱਸਾਂ ਤੇ ਚੱਲਦੀਆਂ ਨੇ ਉਹਨਾਂ ਵਾਸਤੇ ਹੁੰਦਾ ਇੱਦਾਂ ਇੱਦਾਂ ਕਰਕੇ ਜਿਹੜੀ ਹੈਗੀ ਆ ਇੱਥੇ ਡਿਵਾਈਡ ਕੀਤੀਆਂ ਹੋਈਆਂ ਨੇ ਕੈਟਗਰੀਆਂ ਲਾਇਸੈਂਸ ਦੀਆਂ ਜਿਵੇਂ ਗੱਡੀਆਂ ਦਾ ਲਾਇਸੈਂਸ ਹੈਗਾ ਜਿਹੜਾ ਉਹਨੂੰ ਜੀ ਲਾਇਸੈਂਸ ਕਹਿੰਦੇ ਨੇ ਜੀ ਕੈਟਗਰੀ ਚ ਰੱਖਦੇ ਨੇ ਉਹਨੂੰ ਇੱਦਾਂ ਜਿਹੜਾ ਮੋਟਰਸਾਈਕਲ ਦਾ ਲਾਇਸੈਂਸ ਹੈ ਉਹਨੂੰ ਐਮ ਲਾਇਸੈਂਸ ਕਹਿੰਦੇ ਨੇ ਇੱਥੇ ਤਾਂ ਐਸੀ ਬੇਸਿਕਲੀ ਮੋਟੀ ਮੋਟੀ ਜਾਣਕਾਰੀ ਜੀਵਨ ਜੀ 2 ਔਰ ਜੀ ਲਾਇਸੈਂਸ ਦੇ ਬਾਰੇ ਚ ਤਾਂ ਹੁ ਔਰ ਅੱਥੇ ਮੈਨੂੰ ਕਿਹੜੇ ਕਿਹੜੇ ਡਾਕੂਮੈਂਟ ਲੈ ਜਾਣੇ ਪਏ ਤੇ ਮੈਂ ਕਿੱਦਾਂ ਜਿਹੜਾ ਹੈਗਾ ਉੱਥੇ ਪਹੁੰਚਿਆ ਜੀਵਨ ਲਾਇਸੈਂਸ ਬਣਵਾਉਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੇ ਡਾਕੂਮੈਂਟਸ ਦੀ ਲੋੜ ਪੈਂਦੀ ਆ ਉਹ ਪਾਸਪੋਰਟ ਦੀ ਲੋੜ ਪੈਂਦੀ ਆ ਔਰ ਜਿਹੜਾ ਤੁਹਾਡਾ ਇੰਡੀਆ ਵਾਲਾ ਡਰਾਈਵਿੰਗ ਲਾਇਸੈਂਸ ਅਗਰ ਤੁਹਾਡਾ ਬਣਿਆ ਹੋਇਆ ਤਾਂ ਜਿਹੜਾ ਹੈਗਾ ਤੁਹਾਨੂੰ ਉਹਦੀ ਲੋੜ ਪਊਗੀ ਔਰ ਜੇਕਰ ਤੁਹਾਡਾ 2 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਹੈ ਇੰਡੀਆ ਦਾ ਤਾਂ ਉੱਥੇ ਤੁਸੀਂ ਡੀਐਲ ਐਕਸਟ੍ਰੈਕਟ ਜ਼ਰੂਰ ਬਣਵਾ ਕੇ ਲਿਓ ਜਿਸ ਨੂੰ ਕੀ ਆਪਣੇ ਇੰਡੀਆ ਦਾ ਐਕਸਪੀਰੀਅੰਸ ਕਹਿੰਦੇ ਨੇ ਡਰਾਈਵਿੰਗ ਲਾਇ ਉਹਦੇ ਨਾਲ ਤੁਹਾਡਾ ਪੈਸਾ ਤੇ ਟਾਈਮ ਦੋਨੇ ਸੇਵ ਹੋਣਗੇ ਉਸ ਵੀਡੀਓ ਦਾ ਵੀ ਲਿੰਕ ਜਿਹੜਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਡੇ ਕੋਲੇ ਡੀਐਲ ਐਕਸਟ੍ਰੈਕਟ ਨਹੀਂ ਹੈਗਾ ਤਾਂ ਤੁਹਾਨੂੰ ਇੱਥੇ ਜੀ2 ਦਾ ਟੈਸਟ ਵੀ ਆ ਕੇ ਦੇਣਾ ਪਊਗਾ ਜਿਵੇਂ ਹੁਣ ਮੈਂ ਸੀ ਮੈਨੂੰ ਉਹ ਜੀ2 ਟੈਸਟ ਦੇਣਾ ਨਹੀਂ ਪਿਆ ਤਾਂ ਜੀ1 ਲਾਇਸੈਂਸ ਬਣਵਾਉਣ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਇੱਥੇ ਆ ਕੇ ਜੀਜੀਪੀਐਸ ਦੇ ਉੱਤੇ ਸਰਚ ਕਰਨਾ ਹੈ ਡਰਾਈਵ ਟੈਸਟ ਉਹ ਤੁਹਾਨੂੰ ਸਾਰੇ ਲੋਕੇਸ਼ਨਾਂ ਸ਼ੋਅ ਕਰ ਦੂ ਜੀਪੀਐਸ ਉਸ ਤੋਂ ਬਾਅਦ ਤੁਸੀਂ ਬੱਸ ਫੜ ਕੇ ਉੱਥੇ ਡਰਾਈਵ ਟੈਸਟ ਲੋਕੇਸ਼ਨ ਤੇ ਪਹੁੰਚਣਾ ਹੈ 7 ਵਜੇ ਜਿਹੜਾ ਹੈਗਾ ਡਰਾਈਵਿੰਗ ਟੈਸਟ ਸੈਂਟਰ ਜਿਹੜੇ ਖੁੱਲੇ ਜਾਂਦੇ ਨੇ ਇੱਥੇ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਉੱਥੇ ਛੇਤੀ ਪਹੁੰਚ ਸਕੋ 6:30 ਜਾਂ 6 ਵਜੇ ਤੱਕ ਤੁਸੀਂ ਪਹੁੰਚ ਜਾਓ ਕਿਉਂਕਿ ਉੱਥੇ ਭੀੜ ਬਹੁਤ ਹੁੰਦੀ ਹੈ ਅੰਦਰ ਬੰਦੇ ਬਹੁਤ ਬੈਠੇ ਹੁੰਦੇ ਨੇ ਤਾਂ ਮੈਂ ਜਿਹੜਾ ਹੈਗਾ ਜ ਡਰਾਈਵ ਟੈਸਟ ਸਰਚ ਕੀਤਾ ਤਾਂ ਮੈਨੂੰ ਇੱਥੇ ਕੈਨੇਡੀਆ ਵਾਲਾ ਨੇੜੇ ਪਿਆ ਤਾਂ ਮੈਂ ਕੈਨੇਡੀ ਦੇ ਬੱਸ ਫੜੀ ਉੱਥੇ ਮੈਂ ਪਹੁੰਚਿਆ ਤਕਰੀਬਨ ਮੈਂ 7:00 ਵਜੇ ਪਹੁੰਚਿਆ ਸੀਗਾ ਪਹੁੰਚਣ ਤੋਂ ਬਾਅਦ ਜਦੋਂ ਮੈਂ ਉੱਥੇ ਮੇਨ ਗੇਟ ਤੇ ਗਿਆ ਤਾਂ ਤੇ ਮੇਨ ਗੇਟ ਦੇ ਉੱਤੇ ਸੀਗਾ ਜਿਹੜਾ ਸਭ ਤੋਂ ਮੂਰੇ ਇੱਕ QR ਉਹ QR ਕੋਡ ਤੁਸੀਂ ਸਕੈਨ ਕਰਨਾ ਆਪਣੇ ਫੋਨ ਨਾਲ ਸਕੈਨ ਕਰ ਤੋਂ ਬਾਅਦ ਉਹ ਵੈਬਸਾਈਟ ਖੋਲੂਗਾ ਡਰਾਈਵ ਟੈਸਟ ਦੀ ਉੱਥੇ ਜਾ ਕੇ ਉਹ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਮੰਗੂਗਾ ਜਿਵੇਂ ਤੁਹਾਡਾ ਨਾਮ ਤੁਹਾਡੀ ਮੇਲ ਆਈਡੀ ਹੈਨਾ ਐਦਾਂ ਦੀ ਇਨਫੋਰਮੇਸ਼ਨ ਮੰਗੂਗਾ ਤੁਹਾਡਾ ਡੇਟ ਆਫ ਬਰਥ ਤਾਂ ਤੁਸੀਂ ਉਹ ਫਿਲ ਕਰ ਦੇਣੀ ਆ ਉਹ ਸਾਰੀ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਜੇ ਤੁਸੀਂ ਸਬਮਿਟ ਕਰੋਗੇ ਤਾਂ ਤੁਹਾਨੂੰ ਕੁਝ ਮਿੰਟਾਂ ਬਾਅਦ ਹੈਗੇ ਜਿਹੜੀ ਤੁਹਾਨੂੰ ਮੇਲ ਆ ਜੂਗੀ ਪਰ ਤੁਹਾਨੂੰ ਟੈਕਸਟ ਮੈਸੇਜ ਵੀ ਆ ਜਾਊਗਾ ਤੁਹਾਡੇ ਫੋਨ ਨੰਬਰ ਤੇ ਫੋਨ ਨੰਬਰ ਵੀ ਕਿਉਂਕਿ ਇਹਦੇ ਵਿੱਚ ਭਰਨਾ ਪੈਂਦਾ ਤੇ ਉਹਦੇ ਵਿੱਚ ਤੁਹਾਡਾ ਨੰਬਰ ਆ ਜਾਊਗਾ ਤੁਹਾਡਾ ਨੰਬਰ ਕਿੰਨੇ ਮੈਂ ਉਸ ਤੋਂ ਬਾਅਦ ਤੁਸੀਂ ਡਰਾਈਵ ਟੈਸਟ ਸੈਂਟਰ ਦੇ ਅੰਦਰ ਜਾਣਾ ਔਰ ਜਾ ਕੇ ਜਿੱਥੇ ਸਾਰੇ ਲੋਕ ਬੈਠੇ ਹੋਣਗੇ ਉੱਥੇ ਜਾ ਕੇ ਤੁਸੀਂ ਵੇਟ ਕਰਨੀ ਆ। ਮੈਨੂੰ ਲਗਭਗ ਡੇਢ ਘੰਟਾ ਉੱਥੇ ਬੈਠਣਾ ਪਿਆ। ਮੇਰੀ ਵਾਰੀ ਆਲਮੋਸਟ 8:30 ਵਜੇ ਆਈ ਸੀ ਤੇ ਉੱਥੇ ਇੱਕ ਜਿਹੜਾ ਇੱਕ ਅੰਦਰ ਬੰਦਾ ਬੈਠਾ ਸੀ ਉਸ ਤੋਂ ਬਾਅਦ ਉਹਨੇ ਮੈਨੂੰ ਹਾਕ ਮਾਰੀ ਪੰਜ-ਪੰਜ ਬੰਦਿਆਂ ਨੂੰ ਬੁਲਾ ਰਿਹਾ ਸੀਗਾ ਤੇ ਉੱਥੇ ਉਹ ਮਤਲਬ ਉਹਦੇ ਕੰਪਿਊਟਰ ਤੇ ਸੇਵ ਕਰ ਰਿਹਾ ਸੀਗਾ ਬਾਇਓ ਡਾਟਾ ਜੋ ਵੀ ਪੁੱਛ ਕੇ ਹੈਨਾ ਪਾਸਪੋਰਟ ਵੀ ਦੇਖਿਆ ਸੀ ਉਹਨੇ। ਉਸ ਤੋਂ ਬਾਅਦ ਉਹਨੇ ਸਾਨੂੰ ਬਿਠਾਤਾ ਉੱਥੇ ਬੈਠੇ ਰਹੇ। ਕਾਊਂਟਰਾਂ ਦੇ ਉੱਤੇ ਜਦੋਂ ਮੇਰਾ ਨੰਬਰ ਆਇਆ ਤਾਂ ਮੈਂ ਉਸ ਕਾਊਂਟਰ ਤੇ ਚਲਾ ਗਿਆ ਉਸ ਤੋਂ ਬਾਅਦ ਉੱਥੇ ਉਹ ਮੈਡਮ ਨੇ ਮੇਰਾ ਹੈਗਾ ਜਿਹੜਾ ਲਾਇਸੈਂਸ ਮੇਰੇ ਤੋਂ ਮੰਗਿਆ ਇੰਡੀਆ ਵਾਲਾ ਹਨਾ ਪੁਰਾਣਾ ਮੇਕ ਸ਼ੋਰ ਕਰੋ ਜਿਹੜਾ ਤੁਹਾਡਾ ਲਾਇਸੈਂਸ ਹੈ ਉਹ ਚਿੱਪ ਵਾਲਾ ਬਣਿਆ ਹੋਣਾ ਚਾਹੀਦਾ ਕਾਗਜ਼ ਵਾਲਾ ਨਹੀਂ ਹੋਣਾ ਚਾਹੀਦਾ ਵੈਸੇ ਤਾਂ ਜੇ ਤੁਹਾਡਾ ਪੁਰਾਣਾ ਲਾਇਸੈਂਸ ਹੋਊਗਾ ਤਾਂ ਤੁਸੀਂ ਪੱਕਾ ਹੀ ਆ ਵੀ ਤੁਸੀਂ ਡੀਆਰ ਐਕਸਟ੍ਰੈਕਟ ਬਣਾਵਾ ਕੇ ਲਿਆਉਂਗੇ ਇਸ ਕਰਕੇ ਜੇ ਤੁਸੀਂ ਡੀਆਰ ਐਕਸਟ੍ਰੈਕਟ ਬਣਾਓਂਗੇ ਤਾਂ ਤੁਹਾਡਾ ਜਿਹੜਾ ਪਾਸ ਲਾਇਸੈਂਸ ਵੀ ਹੈ ਉਹ ਪਹਿਲਾਂ ਨਵਾਂ ਬਣੂਗਾ ਤਾਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਡੀਆਰ ਐਕਸਟ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਹੈਗਾ ਸੀ ਡੀਐਲ ਐਕਸਟ੍ਰੈਕਟ ਮੈਂ ਉਹਨੂੰ ਆਪ ਦਾ ਫੜਾਇਆ ਉਹਨੇ ਸਾਰੀ ਇਨਫੋਰਮੇਸ਼ਨ ਮੈਚ ਕੀਤੀ ਲੈਂ ਉਸ ਤੋਂ ਬਾਅਦ ਉਹਨੇ ਮੈਨੂੰ ਇੱਕ ਫਾਰਮ ਦਿੱਤਾ ਉਹ ਫਾਰਮ ਦੇ ਵਿੱਚ ਮੈਂ ਆਪਣੀ ਇਨਫੋਰਮੇਸ਼ਨ ਭਰੀ ਕਈ ਥਾਂ ਤੇ ਉਹਨੇ ਮੈਨੂੰ ਤੋਂ ਪੀ ਐਸ ਲਿਖਾਇਆ ਕਿਉਂਕਿ ਮੇਰਾ ਨਾਮ ਪਰਮਵੀਰ ਸਿੰਘ ਹੈ ਪਰ ਅਮੀਰ ਦਾ ਪਹਿਲਾ ਅੱਖਰ ਪੀ ਔਰ ਸਿੰਘ ਲਾਸਟ ਨਹੀਂ ਆਉਂਦਾ ਪਹਿਲਾ ਅੱਖਰ ਐਸ ਕਈ ਥਾਂ ਤੇ ਉਹਨੇ ਮੈਨੂੰ ਯੈਲੋ ਜੇ ਕਲਰ ਦਾ ਫਾਰਮ ਸੀ ਉਹਦੇ ਉੱਤੇ ਉਹਨੇ ਮੈਨੂੰ ਤੇ ਲਿਖਵਾਇਆ ਸਾਈਨ ਕਰਵਾਇਆ ਔਰ ਉਸ ਤੋਂ ਬਾਅਦ ਉਹਨੇ ਮੇਰਾ ਪੋਸਟਲ ਕੋਡ ਪੁੱਛਿਆ ਪੋਸਟਲ ਕੋਡ ਮੈਨੂੰ ਪਤਾ ਨਹੀਂ ਸੀਗਾ ਤੇ ਉਹਨੇ ਵੈਬਸਾਈਟ ਦੱਸੀ ਵੈਬਸਾਈਟ ਤੋਂ ਖੋਲ ਕੇ ਮੈਂ ਪਾਰਟੇ ਨੂੰ ਫਿਰ ਪੋਸਟਲ ਕੋਡ ਦੱਸਿਆ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਪੈਸੇ ਪੇ ਕਰਨ ਲਈ ਕਿਹਾ ویسੇ ਤਾਂ ਜੀ 1 ਔਰ ਜੀ 2 ਦਾ ਟੋਟਲ ਜਿਹੜੇ ਪੈਸੇ ਹੁੰਦੇ ਨੇ ਹੋ 160 ਡਾਲਰ ਲੱਗਦੇ ਨੇ ਬਟ ਮੇਰੇ ਕੋਲ ਡੀ ਐਲ ਐਕਸਟ੍ਰੈਕਟ ਸੀਗਾ ਇਸ ਕਰਕੇ ਮੈਨੂੰ ਜੀ 2 ਦੇਣ ਦੀ ਥੇ ਲੋੜ ਨਹੀਂ ਪਈ ਤੇ ਉਸ ਕਰਕੇ ਮੇਰੇ ਸਿਰਫ 106 ਡਾਲਰ ਚਾਰਜ ਕੀਤੇ ਉਹਨਾਂ ਨੇ ਤੇ ਮੈਂ ਆਪਣੇ ਕ੍ਰੈਡਿਟ ਕਾਰਡ ਰਾਹੀਂ ਆਪਦੀ ਪੇਮੈਂਟ ਕੀਤੀ ਦੈਨ ਉਸ ਤੋਂ ਬਾਅਦ ਉਹਨੇ ਮੈਨੂੰ ਜਿਹੜਾ ਹੈਗਾ ਸੀ ਪੇਪਰ ਫੜਾਤੇ ਮੇਰਾ ਪਾਸਪੋਰਟ ਵਾਪਸ ਕਰਤਾ ਉਹਨੇ ਮੇਰਾ ਡਰਾਈਵਿੰਗ ਉਹ ਮੈਡਮ ਨੇ ਉੱਥੇ ਹੀ ਰੱਖ ਲਿਆ ਐਜ਼ ਅ ਪ੍ਰੂਫ ਦੈਨ ਉਸ ਤੋਂ ਬਾਅਦ ਮੈਨੂੰ ਉਹਨੇ ਅੰਦਰ ਭੇਜਤਾ ਉਹਦੇ ਉੱਤੇ ਜਿਹੜਾ ਹੈਗਾ ਜਿਹੜੇ ਨੂੰ ਪੇਪਰ ਦਿੱਤੇ ਸੀ ਉਹਦੇ ਉੱਤੇ 5 ਨੰਬਰ ਲਿਖਿਆ ਆਇਆ ਸੀ #5 ਮੀਨਟਸ ਇਹ ਮੈਨੇ 5 ਨੰਬਰ ਕੰਪਿਊਟਰ ਤੇ ਜਾਣਾ ਸੀ ਉੱਥੇ 20 ਵਿੱਚ ਕੰਪਿਊਟਰ ਲੱਗੇ ਹੋਏ ਸੀਗੇ ਅੰਦਰ ਉਹਨੇ ਮੈਨੂੰ ਭੇਜਤਾ ਜਦੋਂ ਮੈਂ ਅੰਦਰ ਗਿਆ ਜਾਨ ਸਰ ਪਹਿਲਾਂ ਹੀ ਉੱਥੇ ਟੱਚ ਸਕਰੀਨ ਵਾਲੇ ਕੰਪਿਊਟਰ ਪਿਆ ਸੀ ਔਰ ਉੱਥੇ ਚਾਰ ਤਰ੍ਹਾਂ ਦੀਆਂ ਡੇਟ ਆਫ ਬਰਥ ਸ਼ੋ ਹੋ ਰਹੀਆਂ ਸੀ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਹੈਗੀ ਆ ਅ ਅਸਲੀ ਜਿਹੜੀ ਆਪਣੀ ਡੇਟ ਆਫ ਬਰਥ ਹੈ ਉਹ ਸਿਲੈਕਟ ਕਰਨੀ ਸੀ ਜਦੋਂ ਤੁਸੀਂ ਟੈਸਟ ਸਟਾਰਟ ਕਰੋਗੇ ਤਾਂ ਉਹਦਾ ਥੱਲੇ ਇੱਕ ਹੈਲਪ ਦੀ ਆਪਸ਼ਨ ਹੋਊਗੀ ਜਦੋਂ ਤੁਸੀਂ ਉਹ ਤੇ ਕਲਿੱਕ ਕਰੋਗੇ ਤਾਂ ਲੈਂਗੁਏਜ ਦੀ ਆਪਸ਼ਨ ਆਊ ਲੈਂਗੁਏਜ ਤੇ ਸਿਲੈਕਟ ਕਰਨ ਤੋਂ ਬਾਅਦ ਉੱਥੇ ਸਾਰੀਆਂ ਲੈਂਗੁਏਜ ਆ ਜਾਣਗੀਆਂ ਜੇ ਤੁਸੀਂ ਪੰਜਾਬੀ ਵਿੱਚ ਕਰਨਾ ਤੁਸੀਂ ਪੰਜਾਬੀ ਵਿੱਚ ਦੇ ਸਕਦੇ ਹੋ ਪੇਪਰ ਇੰਗਲਿਸ਼ ਵਿੱਚ ਦੇਣਾ ਤੁਸੀਂ ਇੰਗਲਿਸ਼ ਵਿੱਚ ਦੇ ਸਕਦੇ ਹੋ ਦੈਨ ਮੈਂ ਪੰਜਾਬੀ ਸਿਲੈਕਟ ਕਰ ਲਈ ਸੀ ਉੱਥੇ ਬੇਸਿਕਲੀ ਟੈਸਟ ਜਿਹੜਾ ਹੈਗਾ ਥਿਊਰੀ ਟੈਸਟ ਹੁੰਦਾ ਇਹਦੇ ਵਿੱਚ ਟੋਟਲ 40 ਕੁਐਸਚਨ ਹੁੰਦੇ ਨੇ 20 ਕੁਐਸਚਨ ਹੁੰਦੇ ਨੇ ਜਿਹੜੇ ਸਾਈਨ ਬੋਰਡਾਂ ਦੇ ਹੁੰਦੇ ਨੇ ਫੋਟੋ ਆਉਂਦੀ ਨੇ ਉਹਦੇ ਵਿੱਚ ਦੱਸਣਾ ਹੁੰਦਾ ਕਿ ਸਾਈਨ ਕਾ ਦਾ ਹੈਗਾ ਜ ਉਹਦੇ ਵਿੱਚ ਕੁਐਸਚਨ ਦਿੱਤਾ ਹੁੰਦਾ ਤੇ ਚਾਰ ਆਪਸ਼ਨਾਂ ਦਿੱਤੇ ਜਾਂਦੇ ਨੇ ਅਨਸਰ ਦੀਆਂ ਉਹਦੇ ਵਿੱਚ ਇੱਕ ਅਨਸਰ ਕਰਨ ਦਾ ਫੋਰ ਐਗਜ਼ਾਮਪਲ ਜੇ ਮੈਂ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਵੀ ਤੁਸੀਂ ਜਿਹੜੀ ਹੈਗਾ ਹਾਈਵੇ ਤੇ ਕਿੰਨੇ ਦੀ ਸਪੀਡ ਤੇ ਗੱਡੀ ਚਲਾ ਸਕਦੇ ਹੋ ਤਾਂ ਉਹਦੇ ਵਿੱਚ ਕਈ ਆਪਸ਼ਨ ਦਿੱਤੇ ਹੁੰਦੇ ਉਹਨਾਂ ਚੋਂ ਸਹੀ ਆਪਸ਼ਨ ਸਿਲੈਕਟ ਕਰਨੀ ਹੁੰਦੀ ਹੈ ਇਹਨਾਂ ਦੋਨੇ ਸੈਕਸ਼ਨਾਂ ਦੇ ਵਿੱਚੋਂ ਆਪਣੇ 16 16 ਕੁਐਸਚਨ ਐਟ ਲੀਸਟ ਸਹੀ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਇੱਕ ਦੇ ਵਿੱਚੋਂ ਤੁਹਾਡੇ 15 ਸਹੀ ਨੇ ਇੱਕ ਦੇ ਵਿੱਚ ਤੁਹਾਡੇ 20 ਸਹੀ ਨੇ ਤਾਂ ਤੁਸੀਂ ਜਿਹੜਾ ਹੈਗਾ ਟੈਸਟ ਦੁਬਾਰੇ ਤੁਹਾਨੂੰ ਦੇਣਾ ਪਊਗਾ 16 ਡਾਲਰ ਹੈਗਾ ਜਿਹੜਾ ਤੁਹਾਨੂੰ ਦੁਬਾਰੇ ਉਸੇ ਟਾਈਮ ਤੁਸੀਂ ਪੇ ਕਰਨੇ ਪੈਣ ਜੇਕਰ ਤੁਹਾਨੂੰ ਨੋਨਾ ਕੁਐਸਚਨ ਦੀ ਪੀਡੀਐਫ ਚਾਹੀਦੀ ਹੈ ਜਿਹੜੇ ਕੁਐਸਚਨ ਨੇ ਉਹਨੇ ਤਿਆਰੀ ਕਰਨ ਵਾਸਤੇ ਤੁਹਾਨੂੰ ਪੀਡੀਐਫ ਚਾਹੀਦੀ ਹੈ ਤਾਂ ਮੈਨੂੰ ਮੇਰੇ ਇੰਸਟਾਗ੍ਰam ਹੈਂਡਲ ਤੇ ਆ ਕੇ ਮੈਨੂੰ ਮੈਸੇਜ ਕਰ ਦਿਓ ਤਾਂ ਮੈਂ ਤੁਹਾਨੂੰ ਉਹ ਪੀਡੀਐਫ ਹੈ ਜਿਹੜੀ ਮੇਲ ਕਰ ਦੂੰਗਾ ਮੇਰੇ ਇੰਸਟਾਗ੍ਰam ਦਾ ਜਿਹੜਾ ਹੈਂਡਲ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਔਰ ਇਸ ਤੋਂ ਇਲਾਵਾ ਮੈਨੇ ਇਹਦੇ ਉੱਤੇ ਵੀਡੀਓ ਵੀ ਬਣਾਈ ਹੋਈ ਆ ਕੁਐਸਚਨਾਂ ਦੇ ਉੱਤੇ ਸਾਰਿਆਂ ਤੇ ਉਹ ਉਹ ਵੀਡੀਓ ਨੂੰ ਦੇਖ ਕੇ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਉਸ ਵੀਡੀਓ ਦਾ ਵੀ ਲਿੰਕ ਜਿਹੜਾ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਤੇ ਉਹ ਮੈਂ ਕੁਐਸਚਨ ਕਰਦਾ ਗਿਆ ਕਰਦਾ ਗਿਆ ਤੇ ਮੈਨੇ ਜਿਹੜਾ ਜੀਵਨ ਟੈਸਟ ਸੀ ਉਹ ਪਹਿਲੀ ਵਾਰ ਚ ਕਲੀਅਰ ਕਰਤਾ ਸੀ ਮੇਰੇ ਦੋਨਾਂ ਦੇ ਵਿੱਚੋਂ 17 17 ਸਹੀ ਸਹੀ ਸੀਗੇ 3 3 ਦੋਨਾਂ ਦੇ ਦੋਨੇ ਸੈਕਸ਼ਨਾਂ ਦੇ ਵਿੱਚ ਗਲਤ ਸੀ ਪਰ ਰੱਬ ਦੀ ਕਿਰਪਾ ਨਾਲ ਮੇਰਾ ਪਹਿਲੀ ਵਾਰ ਚ ਕਲੀਅਰ ਹੋ ਗਿਆ ਉਸ ਤੋਂ ਬਾਅਦ ਮੈਂ ਉੱਠ ਕੇ ਉਹ ਮੈਡਮ ਕੋਲੇ ਚਲਾ ਗਿਆ ਦੈਨ ਉਹਨੇ ਮੈਨੂੰ ਆਪਣੇ ਸਾਈਨ ਵਗੈਰਾ ਕਰਕੇ ਉਹਨੇ ਮੈਨੂੰ ਜਿਹੜਾ ਹੈਗਾ ਉਹ ਫੜਾਤੇ ਸੀ ਪੇਪਰ ਜੀਵਨ ਲਾਇਸੈਂਸ ਮੈਨੂੰ ਦੇ ਤੱਕ ਪੇਪਰ ਜੀ ਅਸੀਂ ਬੇਸਿਕਲੀ ਉਹ ਤੇ ਉਹਨੇ ਮੈਨੂੰ ਕਿਹਾ ਜਿਹੜਾ ਤੁਹਾਨੂੰ ਜਿਹੜਾ ਕਾਰਡ ਲਾਇਸੈਂਸ ਵਾਂਗੂ ਆਪਣੇ ਇੰਡੀਆ ਵਾਲੇ ਲਾਇਸੈਂਸ ਵਾਂਗੂ ਕਾਰਡ ਬਣ ਕੇ ਆਊਗਾ ਜੀਵਨ ਦਾ ਉਹ ਕਹਿੰਦੀ 19 ਜਾਂ 20 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਜਿਹੜਾ ਹੈਗਾ ਐਡਰੈਸ ਤੇ ਪਹੁੰਚ ਜਾਊਗਾ ਸੋ ਦੋਸਤੋ ਏਸੀ ਵੀਡੀਓ ਅਬਾਊਟ ਜੀਵਨ ਲਾਇਸੈਂਸ ਆਪਾਂ ਕਿਵੇਂ ਇਦਾਂ ਬਣਵਾ ਸਕਦਾ ਕੀ ਕੀ ਪ੍ਰੋਸੈਸ ਹੁੰਦਾ ਹੈ ਇਸ ਤੋਂ ਬਾਅਦ ਨੈਕਸਟ ਵੀਡੀਓ ਜਿਹੜੀ ਆਪਣੀ ਆਉਗੀ ਆਪਾਂ ਬੁੱਕ ਕਰਾਂਗੇ ਆਪਣਾ ਜੀ ਟੈਸਟ ਜੀ ਲਾਇਸੈਂਸ ਲੈਣ ਦੇ ਲਈ ਡਰਾਈਵਿੰਗ ਟੈਸਟ ਜਿਹੜਾ ਆਪਾਂ ਆਨਲਾਈਨ ਬੁੱਕ ਕਰਾਂਗੇ ਉਹ ਵੀਡੀਓ ਜ਼ਰੂਰ ਦੇਖਿਓ ਉਹ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਤੁਸੀਂ ਆਨਲਾਈਨ ਘਰੇ ਬੈਠੇ ਜੀ ਲਾਇਸੈਂਸ ਵਾਸਤੇ ਕਿੱਦਾਂ ਬੁੱਕ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਇਸ ਵੀਡੀਓ ਨੂੰ ਉਹਨਾਂ ਲੋਕਾਂ ਨਾਲ ਜ਼ਰੂਰ ਸ਼ੇਅਰ ਕਰਨਾ ਜਿਹੜੇ ਇਨ ਫਿਊਚਰ ਕੈਨੇਡਾ ਆ ਰਹੇ ਨੇ ਤਾਂ ਜੋ ਉਹਨਾਂ ਨੂੰ ਵੀ ਹੈਲਪ ਮਿਲ ਸਕੇ ਜਲਦੀ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਖੇਲਾਣੇ ਰਹਿ ਤਦ ਤੱਕ ਲਈ ਸ਼ਾਸਤਰੀ ਅਕਾ